ਦੁਆਪਰ ਯੁੱਗ ਦੇ ਅੰਦਰ ਅਰਜੁਨ ਪੁੱਛਦਾ ਕ੍ਰਿਸ਼ਨ ਨੂੰ, ਹੇ ਭਗਵਾਨ, ਦੁਆਪਰ ਦੇ ਜੀਵਾਂ ਦੀ ਕਲਿਆਣ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੈ। ਜੇ ਕਹੀਏ ਵੀ ਕੀ ਸਬੂਤ ਹੈ, ਆਪਣੇ ਘਰ ਵਿੱਚ ਹੀ ਜਿਸ ਗੁਰਬਾਣੀ ਤੇ ਭਰੋਸਾ ਰੱਖਦੇ ਹੈ, ਸਤਿਯੁਗ ਤੈ ਮਾਣਿਓ ਛਲਿਓ ਬਰ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਗ ਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫਰਮਾਇਓ। ਅੱਜ ਗੁਰੂ ਨਾਨਕ ਦੇਵ ਜੀ ਦਾ ਰਾਜ ਹੈ। ਦੁਆਪਰ ਦੇ ਅੰਦਰ ਕ੍ਰਿਸ਼ਨ ਭਗਵਾਨ ਹੋਰ ਵੀ ਸਾਧੂਆਂ ਦੀਆਂ ਰਸਨਾ ਤੋਂ ਸੁਣਿਆ ਹੈ, ਰਾਮ ਰਾਜ ਮੈਂ ਰਾਵੜੀ, ਕ੍ਰਿਸ਼ਨ ਰਾਜ ਮੈਂ ਘੀ, ਲੋਕ ਰਾਜ ਮੈਂ ਚਾਹ ਪਿਆਰਾ ਫੂਕ ਮਾਰ ਕੇ ਪੀ। ਹੁਣ ਉਹ ਖੇਡਾਂ ਹੈ ਨੀ, ਕ੍ਰਿਸ਼ਨ ਦੇ ਰਾਜ ਵਿੱਚ ਘੀ ਦੁੱਧ ਵਗੈਰਾ ਲੋਕ ਚੱਕਦੇ, ਬੜੇ ਰਿਸ਼ਟ ਪੁਸ਼ਟ ਰਹਿੰਦੇ, ਅੱਜ ਸਭ ਦੀਆਂ ਹੱਡੀਆਂ ਖੜਕਦੀਆਂ ਹਨ। ਲੇਕਿਨ ਉਸ ਦੁਆਪਰ ਦੇ ਅੰਦਰ ਅਰਜਨ ਪੁੱਛਦਾ ਹੈ, ਹੇ ਭਗਵਾਨ, ਆਪ ਤੋਂ ਅੰਤਰਜਾਮੀ ਹੋ, ਕਿਰਪਾ ਦ੍ਰਿਸ਼ਟੀ ਕਰਕੇ ਦੱਸੋ, ਕਲਯੁਗ ਦਾ ਸਮਾਂ ਭਿਆਨਕ ਆ ਰਿਹਾ ਹੈ, ਜਿੱਥੇ ਝੂਠ ਤੇ ਝੂਠ ਦਾ ਵਰਤਾਰਾ ਹੋਵੇਗਾ। ਨਾਨਕ ਸੱਚ ਸੁੱਚ ਪਾਈਏ ਤੇ ਸੰਤਨ ਕੇ ਪਾਸ, ਆਪਣੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰ ਸੱਚ ਤੇ ਸੁੱਚਵਾਂ ਹੈ, ਕੀ ਕਿੰਨੀ ਕਰੇਗੀ। ਝੂਠ ਖਾਂਦੇ ਇੱਕ ਦੂਜੇ ਦੀ, ਝੂਠ ਬੋਲਦੇ, ਸੱਚ ਤੇ ਸੁੱਚਵੇਂ ਦੇ ਥਾਂ ਜਦ ਝੂਠ ਤੇ ਝੂਠ ਆ ਗਿਆ, ਸਾਨੂੰ ਕੌਣ ਕੀ ਕਹਿਣ ਲੱਗ ਗਏ, ਇਹ ਖਾਲਸਾ ਮਲੇਸ਼ ਹੈ ਜੀ, ਕੀ ਆਪਾਂ ਮਲੇਸ਼ ਹਾਂ, ਮਲਛਤੀ ਸਾ ਮਲੇਸ਼ਾ ਲਕਸ਼ਣ ਹਨ, ਜਿਹਦੇ ਪਾਪ ਦੀ ਮੈਲ ਦੀ ਇੱਛਾ ਹੋਵੇ ਉਹਨੂੰ ਮਲੇਸ਼ ਕਹਿੰਦੇ ਹਨ, ਜਿਹਦੇ ਅੰਦਰ ਵਿਕਾਰ ਹੋਣ ਵਿਕਾਰਾਂ ਦੀ ਮੈਲ ਹੋਵੇ ਉਹਨੂੰ ਮਲੇਸ਼ ਕਹਿੰਦੇ ਹਨ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਕਿੱਥੇ ਬਿਰਤੀਆਂ ਰਹਿ ਗਈਆਂ ਸਾਡੀਆਂ, ਅਸੀਂ ਮਲੇਸ਼ ਨਹੀਂ ਤਾਂ ਕੀ ਹਾਂ। ਇਹੋ ਜਿਹੇ ਸਮੇਂ ਤੇ ਕਿਵੇਂ ਉਹ ਸਮਾਂ ਲੰਘੇਗਾ, ਉਹਨਾਂ ਜੀਵਾਂ ਦੀ ਕਿਵੇਂ ਕਲਿਆਣ ਹੋਵੇਗੀ, ਹੇ ਭਗਵਾਨ ਕਿਰਪਾ ਕਰਕੇ ਦੱਸੋ, ਅਰਜਨ ਪੁੱਛਦਾ ਹੈ। ਕ੍ਰਿਸ਼ਨ ਕਹਿਣ ਲੱਗਾ, ਹੇ ਅਰਜਨ, ਕਲਯੁਗ ਦੇ ਸਮੇਂ ਗੁਰੂ ਨਾਨਕ ਦੇਵ ਜੀ ਅਵਤਾਰ ਹੋਣਗੇ, ਅਨਕਨਾ ਬਿਦ ਤੇ ਜਸਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮਾ ਜੋਈ, ਨਾਨਕ ਨਾਮ ਕਹਾਵੈ ਸੋਈ। ਮੈਂ ਤਾਂ ਵਿਸ਼ਨੂੰ ਦਾ ਅਵਤਾਰ ਹਾਂ, ਵਾਹਿਗੁਰੂ ਦੀ ਆਗਿਆ ਅਨੁਸਾਰ ਜ਼ਿੰਮੇਵਾਰੀ ਨਿਭਾ ਰਿਹਾ ਹਾਂ, ਲੇਕਿਨ ਕਲਯੁਗ ਦੇ ਸਮੇਂ ਚ ਆਪ ਨਿਰੰਕਾਰ ਅਵਤਾਰ ਧਾਰੇਗਾ, ਦਸਾਂ ਸਰੂਪਾਂ ਚ ਵਰਤੇਗਾ, ਜਦੋਂ ਪੰਜਵੇਂ ਸਰੂਪ ਚ ਪ੍ਰਗਟ ਹੋਊਗਾ। ਮੈਂ ਤਾਂ ਅਰਜਨ ਤੈਨੂੰ ਇਕੱਲੇ ਨੂੰ ਹੇ ਅਰਜਨ ਕਹਿ ਕੇ ਗੀਤਾ ਦੁਆਰਾ ਉਪਦੇਸ਼ ਦਿੱਤਾ ਹੈ, ਉਹ ਸਾਰੀ ਦੁਨੀਆਂ ਨੂੰ ਸਾਂਝਾ ਉਪਦੇਸ਼ ਦੇਵੇਗਾ, ਗੀਤਾ ਨਾਲੋਂ ਹਜ਼ਾਰਾਂ ਗੁਣਾ ਉੱਤਮ ਹੋਵੇਗਾ ਉਪਦੇਸ਼। ਇਹ ਕ੍ਰਿਸ਼ਨ ਦੇ ਬਚਨ ਨੇ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਬਾਰੇ ਦੁਆਪਰ ਸਮੇਂ ਦੇ, ਅਰਜਨ ਦੇ ਪ੍ਰਥਾਏ ਦੱਸ ਰਹੇ ਨੇ। ਇਸੇ ਕਰਕੇ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਾਂਝੀ ਸਗਲ ਜਹਾਨ, ਜਿੰਨੀ ਸਿੱਖਿਆ ਹੈ ਗੁਰੂ ਮਹਾਰਾਜ ਦੀ ਗੁਰਬਾਣੀ ਦੀ, ਇਹ ਸਾਰੇ ਸੰਸਾਰ ਵਿੱਚ ਸਾਂਝੀ ਹੈ, ਸਾਰਿਆਂ ਸਾਰੇ ਅਧਿਕਾਰੀ ਹਨ। ਸੋ ਪ੍ਰੇਮੀਓ, ਨਾਲ ਹੀ ਕਿਹਾ ਸੀ ਕਿ ਨਿਸ਼ਾਨੀ ਅਰਜਨ ਪੁੱਛਦਾ ਹੈ, ਕਹਿੰਦੇ ਤੇਰਾ ਅੱਧਾ ਨਾਂ ਹੋਊ ਤੇ ਅੱਧਾ ਮੇਰਾ ਹੋਊ, ਤੇਰਾ ਨਾਂ ਅਰਜਨ ਹੈ, ਮੇਰਾ ਨਾਂ ਕ੍ਰਿਸ਼ਨ ਦੇਵ ਹੈ, ਅੱਧਾ ਮੇਰਾ ਨਾਂ ਰਖਾਉਣਗੇ ਅੱਧਾ ਤੇਰਾ। ਇਹ ਨਾਂ ਰਖਾ ਕੇ ਗੁਰੂ ਨਾਨਕ ਦੇਵ ਜੀ ਪੰਜਵੀਂ ਜੋਤ ਐਸੀ ਅੰਮ੍ਰਿਤਮਈ ਬਾਣੀ ਪ੍ਰਗਟ ਕਰਨਗੇ, ਗੀਤਾ ਨਾਲੋਂ ਕਿਤਨਾ ਹੀ ਜ਼ਿਆਦਾ ਅਧਿਕ ਮਹਾਤਮ ਹੋਇਆ ਕਰੇਗਾ।
ਉਹ ਗੁਰਬਾਣੀ ਗੁਰਸਿੱਖੋ ਦੁਆਪਰ ਦੇ ਬਚਨ ਅਵਤਾਰਾਂ ਦੇ ਹੋਏ ਹੋਏ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ।